ਇਹ ਵੀਡੀਓ ਸਿਰਫ ਐਂਟਰਟੇਨਮੈਂਟ ਪਰਪਸ ਵਾਸਤੇ ਬਣਾਈ ਗਈ ਹੈ। ਦਲੰਦਰ ਵਾਲਿਓ ਐਦਕੀ ਮੌਕਾ ਦੇਓ ਬਾਈ ਨੀਟੂ ਛਟੜ ਵਾਲੇ ਨੂੰ ਬਾਈ ਫੇਰ ਐਦਕੀ ਵੋਟਾਂ 'ਚ ਖੜ੍ਹਦੇ ਆ। ਸਪੋਰਟ ਕਰੋ ਸਾਡੇ ਬਾਈ ਨੀਟੂ ਛਟੜ ਵਾਲੇ ਨੂੰ। ਥੈਂਕ ਯੂ। ਸਪੋਰਟ ਕਰੋ ਬਾਈ। ਸੱਚ ਗੱਲ ਵੀ ਰੋ ਆਪਾਂ ਤੇ ਤੇ ਨੀਟੂ ਛਟੜ ਵਾਲੇ ਨੂੰ ਵੀ ਤਾਂ ਸਪੋਰਟ ਕਰੋ ਭਾਈ ਜੀ। ਵਾਅਦਾ ਤੇ ਤੇ ਸਪੋਰਟ ਕਰੋ। ਆਰੇ ਬੋਟਾ ਵਿੱਚ ਤੇ ਤੈਨੂੰ ਜਿਤਾਵਾ ਵੀਰ ਜੀ ਜਲੰਧਰ ਖੜਿਆ ਵੀਰੇ ਦੱਸ ਦਿਨਾ ਵਾਟੋ ਵਾਦ ਤੇ ਵੀਰੇ ਸਪੋਰਟ ਕਰੋ ਜਲੰਧਰ ਵਿੱਚ ਤੇ ਨਿਊਟਲ ਛੜਰਾ ਲੈ ਨੂੰ ਆਸਿਆ ਕਾ ਟੰਡੇ ਟੁੱਟੀ ਗੈਲੋ ਅੱਜ ਇੱਕ ਅਪੀਲ ਹੀ ਕਰਦੇ ਆ ਥੋਡੇ ਮੂਹਰੇ ਮੈਂ ਜੋ ਕਿ ਮੇਰਾ ਵਡਾ ਵੀਰ ਨਿਊਟਲ ਛਟਣਾ ਲਾ ਬੋਟਾ ਚ ਖੱਜ ਚੁੱਕਿਆਗਾ ਤੇ ਪੱਕੇ ਪਰ ਸਪੋਰਟ ਕਰਨ ਨੂੰ ਜਲੰਧਰ ਦੇ ਸ਼ਹਿਰਾਂ ਦੇ ਨੂੰ ਖਾਸ ਕਰਕੇ ਕਹਿਣਾ ਮੈਂ ਸਪੋਰਟ ਕਰਿਓ ਨੂੰ ਕਿ ਉਹਨੂੰ ਐਸਟੀਆਪਾ ਬਣਾਉਣੇ ਬਣਾਉਣਾ ਬੱਦ ਬੱਦ ਸਪੋਰਟ ਤੇ ਨਾਲ ਪ੍ਰਕਾਸ਼ ਵੀ ਕੀਤਾ ਜਾਊਗਾ ਕਿਹੜੇ ਪਿੰਡਾਂ ਦੇ ਪ੍ਰਕਾਸ਼ ਨਹੀਂ ਹੋਏ ਸੀ ਜ਼ਿਲ੍ਹਿਆਂ ਦੇ ਸ਼ਹਿਰਾਂ ਦੇ ਉਹ ਵੀ ਕੀਤੇ ਜਾਣਗੇ ਤੇ ਨੀਟਰ ਸ਼ਰਨ ਵਾਲੇ ਨੂੰ ਵੋਟਾਂ 'ਚ ਝਾਓ ਤੇ ਪੂਰੀ ਸਪੋਰਟ ਕਰੋ ਥੈਂਕ ਯੂ ਤੁਸੀਂ ਮੈਂ ਗਾਣਾ ਸਾਰਾ ਵਜਾਤਾ ਸ਼ਕਤੀਮਾਨ ਆਣਾ ਤੁਸੀਂ ਕੋਈ ਪਾਪ ਪੁੱਪੂ ਪਾਵਰ ਤਾਂ ਵਿਖਾਓ ਮਾੜੀ ਮੋਟੀ ਕੋਈ ਪਾਵਰ ਸਾਡੀਆਂ ਹਜੇ ਜਿਵੇਂ ਕਮਰਾ ਬੰਦ ਹੁੰਦਾ ਏਦਾਂ ਸਾਡੀਆਂ ਪਾਵਰਾਂ ਅਜੇ ਬੰਦ ਆ ਹਾਈ ਜੈਕਲ ਨੇ ਡਾਕਟਰ ਜੈਕਲ ਨੇ ਸਾਡੀਆਂ ਪਾਵਰਾਂ ਸਾਰੀਆਂ ਖੋਲੀਆਂ ਕਿਉਂਕਿ ਵੋਟਾਂ ਤੋਂ ਬਾਅਦ ਸਾਡੀਆਂ ਪਾਵਰਾਂ ਮਿਲ ਨਹੀਂ ਸਾਨੂੰ ਉਸ ਤੋਂ ਪਹਿਲੇ ਸਾਰੀਆਂ ਬੰਦ ਹੋ ਗਈਆਂ ਪਾਵਰਾਂ ਡਾਕਟਰ ਜੈਕਲ ਬਚਪਨ ਦੇ ਵਿੱਚ ਸ਼ਕਤੀਮਾਨ ਦਾ ਸਾਰਿਆਂ ਨੇ ਦੇਖਿਆ ਹੋਣਾ ਉਹ ਸ਼ਕਤੀਮਾਨ ਦੀ ਵਰਦੀ ਜਿਹਨੇ ਸਾਨੂੰ ਆ ਦੇਖ ਲਓ ਬਚਪਨ ਸਾਡਾ ਹਨਾ ਸਾਨੂੰ ਆ ਦੇਖੋ ਆ ਬਚਪਨ ਚ ਸ਼ਕਤੀਮਾਨ ਦੀ ਵਰਦੀ ਸੀਗੀ ਆ ਦੇਖੋ ਆ ਜਿੱਪ ਲੱਗੀ ਹੁੰਦੀ ਥੱਲੇ ਆ ਸ਼ਕਤੀਮਾਨ ਤਿਆਰ ਠੀਕ ਆ ਆ ਲਾਸਟਿਕ ਵਾਲਾ ਸ਼ਕਤੀਮਾਨ ਥੱਲੇ ਪਜਾਮਾ ਪਾਉਂਦਾ ਰਿਹਾ ਆਪਾਂ ਨੂੰ ਨਹੀਂ ਦਿਖਦਾ ਸੀ ਥੱਲੇ ਲਾਸਟਿਕ ਪਾਇਆ ਹੁੰਦਾ ਦੇਖੋ ਆ ਦੇਖੋ ਥੱਲੇ ਆ ਹੁੰਦਾ ਲਾਸਟਿਕ ਆ ਬੂਰਾ ਇਹ ਸ਼ਕਤੀਮਾਨ ਕੋਈ ਪਾਵਰ ਨਹੀਂ ਹੁੰਦੀ ਡਰੇ ਉਹਨਾਂ ਪਾਵਰ ਕੁਛ ਨਹੀਂ ਹੈਗੀ ਯਰ ਸ਼ਾ ਇਹ ਭੈਣ ਜੀ ਕੋਈ 40 ਨਹੀਂ 50 ਰੁਪਏ ਸਿਰਫ 10 ਰੁਪਏ 10 ਰੁਪਏ 10 ਰੁਪਏ ਤੁਹਾਡੇ ਵਾਸਤੇ 10 ਰੁਪਏ 10 ਰੁਪਏ ਗਾਓ گاਉ ਪਾਜੀ ਨਾਲ ਗਾਓ ਪਾਜੀ ਨਾਲ ਕੋਣ ਇੱਕ ਗਾਸ ਗਾ ਸਰ ਚੱਲਣ ਤੇ ਚੱਲਣ ਦਾ ਕੋਈ ਹੱਥੀ ਮਹ ਹਸਤੀ ਮਾ ਜੀ ਬਾਰੀ ਗਾਣਾ ਗਾਓ ਕੋਈ ਹੋਰ ਆ ਥੋੜਾ ਮੈਂ ਦੱਸਾਂ ਤੁਹਾਨੂੰ ਹਾਂ ਜੀ ਹਾਂ ਜੀ ਤੁਸੀਂ ਜੋ ਜਾਣਦੀ ਹੈ ਅਗਰ ਨੇੜੇ ਕਰੋ ਹਾਂ ਜੀ ਸਸੀ ਕਾਲ ਜੀ ਟੋਕਰਾ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਜਲੰਧਰ ਦੇ ਵਿੱਚ ਜਿਮਨੀ ਚੋਣਾ ਐਮਪੀ ਦੀਆਂ ਚੋਣਾ ਖੜਾ ਕੌਣ ਹੈ ਅੱਜ ਸਾਡੇ ਨਾਲ ਮੌਜੂਦ ਨੇ ਹਾਂ ਦੱਸਣ ਦੀ ਲੋੜ ਨਹੀਂ ਠੀਕ ਠਾਕ ਹੋ ਪਾਜੀ ਹਾਂਜੀ ਜੀ ਸਭ ਤੋਂ ਪਹਿਲਾਂ ਪਰ ਰੱਬ ਦਾ ਨਾਮ ਲਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭਾਰਤ ਜੈ ਭਗਵਾਨ ਵਾਲਮੀਕ ਜੈ ਗੁਰੂ ਵਿਦਾਸ ਹਾਲੇਲੂਇਆ ਸਭ ਨੂੰ ਗੋੜ ਖੁਸ਼ੀਆਂ ਦੇਵੇ ਅੱਲਾਹ ਤਾਲਾ ਖੁਸ਼ ਰੱਖੇ 11ਵੇਂ ਸਰਕਾਰ ਖੁਸ਼ ਰੱਖਣ ਔਰ ਜਿਕਰਾ ਮਾਂ ਚਿੰਤਪੁਰਨੀ ਦਾ ਬੋਲ ਸੱਚੇ ਦਰਬਾਰ ਕੀ ਜੈ ਤੂੰ ਹੀ ਨਿਰੰਕਾਰ ਮੈਂ ਤੇਰੀ ਸ਼ਰਨ ਹਾਂ ਮੈਨੂੰ ਬਖਸ਼ ਲੋ ਜਿਕਰਾ ਆਪ ਕੋਲੇ ਪੰਡਰੀ ਦਾ ਜਿਕਰਾ ਮਾਂ ਚਿੰਤਪੁਰਨੀ ਦਾ ਕੀਆ ਬਾਤ ਮਤਲਬ ਸਾਰੇ ਰੱਬ ਜਿੰਨੇ ਵੀ ਤੁਸੀਂ ਸਾਰੇ ਦਾ ਨਾਮ ਲੈਂਦੇ ਹੋ ਦੇਖੋ ਜੀ Hindu Muslim Sikh Sai ਸਾਡੇ ਸਾਰੇ ਭਾਈ ਭਾਈ ਹੈ ਸਾਰੇ ਪਾਈ ਨੇ ਜੀ ਕੀ ਬਾਤ ਹੈ ਸਾਡਾ ਭਾਈਆਂ ਦਾ ਸੰਦੇਸ਼ ਹੈ ਜੀ ਤੇ ਆਪਾਂ ਹੁਣ ਇਲੈਕਸ਼ਨ ਤੇ ਜਿੰਮਨੀ ਚੋਣਾਂ 'ਚ ਡਟੇ ਹੋਏ ਆ ਹਸਤੀ ਮਾਂ ਦੀ ਡਰਸ ਪਾ ਕੇ ਜਿਹੜਾ ਐਂਡ ਅਸੀਂ 25 ਤਰੀਕ ਤੋਂ ਬਾਅਦ ਕਰਨਾ 26 ਤਰੀਕ ਨੂੰ ਲੋਕੀ ਹਿੰਦੁਸਤਾਨ ਨਹੀਂ ਪੂਰਾ ਵਰਲਡ ਦੇਖੇਗਾ ਉਸ ਚੀਜ਼ ਨੂੰ ਕਿ ਨੀਡੂ ਛਟਰਾਂ ਵਾਲਾ ਇੱਥੇ ਕੀ ਕਰ ਰਿਹਾ ਮਤਲਬ ਕੁਝ ਨਹੀਂ ਪਤਾ ਕੀ ਕਰ ਰਿਹਾ ਨੀ ਐਤ ਕੀ ਸੁਣਿਆ ਕਿ ਜਿਹੜੀਆਂ ਲੋਕ ਨੇ ਲੋਕ ਵੀ ਚਾਹੁੰਦੇ ਨੇ ਕਿ ਨੀਟੂ ਭਾਜੀ ਨੂੰ ਮੌਕਾ ਦਿੱਤਾ ਜਾਵੇ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਮੇਰੀ ਟੱਕਰ ਇੱਕ ਝਾੜੂ ਵਾਲਿਆਂ ਨਾਲ ਹੂੰ ਜਹੰਦਰ ਸ਼ਹਿਰ ਚ ਜਿਮਨੀ ਚੋਣਾ ਵਿੱਚ ਰਿੰਕੂ ਭਾਜੀ ਖੜੇ ਆ ਤੇ ਰਿੰਕੂ ਭਾਈ ਨੂੰ ਅਸੀਂ ਜਿਹੜੇ ਝਾੜੂ ਵਾਲੇ ਜੀ ਉਹਨਾਂ ਨੂੰ 1000 ਵੋਟ ਪੈ ਗਈ ਮੈਨੂੰ 1001 ਵੋਟ ਪੈ ਗਈ ਜਿਉਂ ਉਹਨਾਂ ਨੂੰ 1 ਲੱਖ ਵੋਟ ਪੈਂਦੀ ਆ ਤੇ ਮੈਨੂੰ 1 ਲੱਖ 10000 ਵੋਟ ਪੈ ਗਈ ਜਿੱਤੂ ਮੈਂ ਹੀ ਆ ਜੀ ਬਾਕੀ ਸਾਰੇ ਹਾਰੇ ਪਏ ਮੈਂ ਜਿੱਦਾ ਐਲਾਨ ਪਹਿਲਾਂ ਨਹੀਂ ਕਰਤਾ ਜਿੱਤ ਦਾ ਲਾਂਤ ਜਿੱਤ ਦਾ ਲਾਂਤ ਸਾਡਾ ਪੱਕਾ ਹੈ ਅੱਛਾ ਚਲੋ ਇਹ ਗੱਲ ਕਰਦੇ ਹਾਂ ਕਿ ਲੋਕ ਕਹਿਣਗੇ ਜੇ ਤੁਹਾਨੂੰ ਐਮਪੀ ਬਣਾਤਾ ਲੋਕਾਂ ਦੇ ਜਿਹੜੇ ਆਪਣੇ ਵਾਅਦਿਆਂ ਤੇ ਤੁਸੀਂ ਖਰੇ ਉਤਰੋਗੇ ਜੇ ਨਾ ਖਰੇ ਉਤਰੇ ਫੇਰ ਦੇਖੋ ਬਾਕੀ ਲੀਡਰਾਂ ਨੇ ਧੋਖਾ ਕੀਤਾ ਤੁਹਾਡਾ ਨਾ ਵਾਅਦੇ ਕਰਕੇ ਤੋੜਿਆ ਪਰ ਜੇ ਮੈਂ ਕਿਸੇ ਦਾ ਫਾਇਦਾ ਨਾ ਕਰ ਸਕਿਆ ਤੇ ਨੁਕਸਾਨ ਵੀ ਨਹੀਂ ਕਰੂੰਗਾ ਇਹ ਨਹੀਂ ਕਹੂੰਗਾ ਹਰ ਇੱਕ ਬੰਦੇ ਨੂੰ ਐਪਲ ਦਾ ਫੋਨ ਦਵਾਂਗਾ ਹਰ ਇੱਕ ਬੰਦੇ ਨੂੰ ਨੌਕਰੀ ਲਵਾਉਂਗਾ ਇਹ ਨਹੀਂ ਕਹੂੰਗਾ ਜੇ ਦਿੱਤ ਜਿੱਤ ਦੇਣ ਦੀ ਹਿੰਮਤ ਹੋਈ ਤੇ ਦਵਾਂਗਾ ਜੇ ਨਾ ਦੇਣ ਦੀ ਹਿੰਮਤ ਹੋਈ ਤੇ ਲਾਰਾ ਨਹੀਂ ਲਾਉਂਗਾ ਲਾਰਾ ਨਹੀਂ ਲਾਣਾ ਨਹੀਂ ਲਾਰਾ ਲਾਰਾ ਲਾਉਣਾ ਨਹੀਂ ਆਪਾ ਜੀ ਜੇ ਸਾਡੇ ਕੋਲ ਚੀਜ਼ ਨਹੀਂ ਤਾਂ ਕਿੱਥੋਂ ਦੇਵਾਂਗੇ ਆਪਾਂ ਕਿਹੜਾ ਪਲਸਟੋਰ ਖੋਲਿਆ ਅੱਛਾ ਜਿਵੇਂ ਵੱਡੇ ਵੱਡੇ ਲੀਡਰ ਪ੍ਰਚਾਰ ਕਰਦੇ ਨੇ ਗੱਡੀਆਂ ਕਾਰਾਂ ਟਰੱਕਾਂ ਦੇ ਉੱਤੇ ਪ੍ਰਚਾਰ ਕਰਦੇ ਨੇ ਤੁਸੀਂ ਪ੍ਰਚਾਰ ਆਪਣਾ ਕਿਵੇਂ ਕਰੋਗੇ ਸਾਡਾ ਪ੍ਰਚਾਰ ਤੇ 26 ਤਰੀਕ ਨੂੰ ਜਨਤਾ ਹਮ ਵਿਸ਼ਵ ਦੀ ਜਨਤਾ ਆਲਰੇਡੀ ਜਨਤਾ ਇੰਗਲੈਂਡ ਅਮਰੀਕਾ ਯੂ ਐਸ ਕੈਨੇਡਾ ਦੁਬਈ ਫਰਾਂਸ ਇਟਲੀ ਜਰਮਨ ਇਹ ਜਨਤਾ ਸਾਨੂੰ ਦਿਨ ਰਾਤ ਦੇਖੇਗੀ ਕਿ ਨੀਡੂ ਦਾ ਪ੍ਰਚਾਰ ਇੰਨਾ ਜ਼ਬਰਦਸਤ ਹਮ ਸ਼ਾਇਦ ਕਦੀ ਫਿਲਮ ਇੰਡਸਟਰੀ ਵਾਲਿਆਂ ਨੇ ਵੀ ਨਾ ਸੋਚਿਆ ਬੰਬੇ ਵਾਲਿਆਂ ਨੇ ਵੀ ਇੰਨਾ ਤਗੜਾ ਪ੍ਰਚਾਰ ਅਸੀਂ ਕਿੱਥੇ ਰਹਿ ਗਏ ਅਸੀਂ ਕਿੱਥੇ ਗਵਾਚ ਗਏ ਜਿੰਨੇ ਡਾਇਰੈਕਟਰ ਪ੍ਰੋਡਿਊਸਰ ਬੰਬੇ ਦੇ ਸਾਰੇ ਆ ਕੇ ਮੇਰੇ ਕੋਲ ਸਲਾਹ ਲੈਣਗੇ ਸਲਾਹ ਲੈਣਗੇ ਅੱਛਾ ਜਿਵੇਂ ਤੁਹਾਡੇ ਜਿਵੇਂ ਹਾਂ ਦੇ ਨੇ ਜਾਂ ਤੁਹਾਡੇ ਕਲਾਕਾਰ ਸਾਥੀ ਨੇ ਜਿਵੇਂ ਹੁਣ ਇੱਕ ਬੜਾ ਵੱਡਾ ਉਭਰਿਆ ਸਿੰਗਰ ਸੋਨੂ ਸੀਤੋ ਕਿ ਆਇਆ ਠੀਕ ਹੈ ਨੀਊ ਟੂ ਸ਼ਟਰਾਂ ਵਾਲਾ ਹਰਮਨ ਚੀਮਾ ਆ ਗਿਆ ਇੱਕ ਮੁੰਡਾ ਸੀਗਾ ਨਾਮ ਭੁੱਲ ਗਿਆ ਧਿੰਦਾ ਟੁੱਡੀਕੇ ਇਹ ਸਾਰੇ ਤੁਹਾਡੇ ਹੱਕ ਦੇ ਵਿੱਚ ਆਏ ਨੇ ਕੀ ਕਹਿਣਾ ਚਾਹੋਗੇ ਦੇਖੋ ਇਹਨਾਂ ਸਾਰਨ ਪਤਾ ਜੀ ਮੈਂ ਉਹਨਾਂ ਨੂੰ ਬੜਾ ਪਿਆਰ ਕਰਦਾ ਮੇਰੇ ਭਰਾ ਨੇ ਜਿਮਨੀ ਚੋਣਾਂ ਦੇ ਵਿੱਚ ਪੂਰੇ ਵਰਲਡ ਦੇ ਸਿੱਕੇ ਸਾਰੇ ਦੇਸ਼ ਦੀ ਪਾਵਰ ਇਸ ਵਰਲਡ ਦੀ ਜਿਨੇ ਪ੍ਰਧਾਨ ਮੰਤਰੀ ਚੋਣਾਂ ਆ ਸਾਡੇ ਪੰਜਾਬ ਦੇ ਵਿੱਚੋਂ ਜਿਹੜਾ ਐਮਪੀ ਬਣੇਗਾ ਉਹੀ ਪ੍ਰਧਾਨ ਮੰਤਰੀ ਬਣ ਸਕਦਾ ਸਾਰੇ ਲੋਕਾਂ ਦੀ ਨਿਗਾ ਟਿਕੀ ਹੈ ਇਹਨਾਂ ਇਹਨਾਂ ਜਿਹਨੇ ਸਪੋਰਟਰਾਂ ਨੇ ਮੇਰੇ ਭਰਾਵਾਂ ਨੇ ਮੇਰੀ ਮਦਦ ਕੀਤੀ ਹੈ ਤੇ ਕੁਝ ਬੰਦੇ ਮੈਨੂੰ ਉੱਥੇ ਅੰਮ੍ਰਿਤਸਰ ਗੁਰਦਾਸਪੁਰ ਮਕੇਰੀਆਂ ਦਸੂਆ ਲੁਧਿਆਣੇ ਵਿੱਚ ਮੈਨੂੰ ਸਾਰੇ ਲੋਕ ਪੈਸੇ ਦੇ ਰਿਹਾ ਕੋਈ ਸੂਟ ਦੇ ਰਿਹਾ 30000 ਦਾ ਸੂਟ ਦਿੱਤਾ ਕਿਸੇ ਨੇ ਕਿਸੇ ਨੇ ਕੁਝ ਦਿੱਤਾ ਜਦੋਂ ਮੈਂ ਕਿਤੇ ਜਾਣਾ মিডিਆ ਇਕੱਠੀ ਹੁੰਦੀ ਸਾਰੇ ਉਹਨਾਂ ਦਾ ਵੀ ਮਤਲਬ ਕਿ ਨਾਮ ਆਂਦਾ ਵਾ ਕਿ ਇਹਨਾਂ ਬੰਦਿਆਂ ਨੇ ਸਪੋਰਟ ਕੀਤੀ ਨੀ ਟੂ ਸ਼ਟਰਾਂ ਨੂੰ ਉਹ ਵੀ ਵਰਲਡ ਫੇਮਸ ਹੁੰਦੇ ਮੇਰੇ ਨਾਲ ਕਿਉਂਕਿ ਹਰ ਇੱਕ ਬੰਦਾ ਵਰਲਡ ਫੇਮਸ ਹੋ ਰਿਹਾ ਮੇਰੇ ਨਾਲ ਪਰ ਮੈਨੂੰ ਬੜੀ ਖੁਸ਼ੀ ਆ ਕਿ ਦਿਲੋਂ ਲੋਕੀ ਮਦਦ ਕਰ ਰਿਹਾ ਅੱਛਾ ਜਿਵੇਂ ਜਿਵੇਂ ਸਪਾਈਡਰਮੈਨ ਤੁਸੀਂ ਦੇਖਿਆ ਹੋਣਾ ਸਪਾਈਡਰਮੈਨ ਆ ਉਹ ਜਾਲੇ ਕੱਢਦਾ ਇੱਥੋਂ ਹੈਂ ਤੇ ਐਂ ਕਰਕੇ ਜਾਲੇ ਕੱਢਦਾ ਤੁਹਾਡਾ ਸੂਟ ਆ ਇਹ ਵੀ ਕੋਈ ਸ਼ਕਤੀ ਹੈਗੀ ਅਰਚ ਦੇਖੋ ਸ਼ਕਤੀ ਜਿਹੜੀ ਸ਼ਕਤੀ ਹਵਾ ਵਾਲੀ ਸੀ ਉਹ ਖਤਮ ਹੋ ਗਈ ਆ ਖਾਲੀ ਹੁਣ ਦੌੜਨ ਵਾਲੀ ਰਹਿ ਗਈ ਮੈਂ ਦੌੜ ਕੇ ਜਾ ਸਕਦਾ ਦੌੜ ਕੇ ਆ ਸਕਦਾ ਦੌੜ ਕੇ ਜਾ ਸਕਦਾ ਦੌੜ ਕੇ ਆ ਸਕਦਾ ਨਹੀਂ ਨਹੀਂ ਜਿਵੇਂ ਉਹ ਜਾਲੇ ਜੂਲੇ ਕੱਢਦਾ ਸੀ ਤੁਸੀਂ ਵੀ ਝਗਜੁਗ ਕੱਢਦੇ ਹੋ ਕਿ ਨਹੀਂ ਨਹੀਂ ਜੀ ਮੈਂ ਮੈਨ ਨਹੀਂ ਨਹੀਂ ਹੈ ਜੇ ਆਪਾਂ ਥੋਕ ਥੋਕ ਸਿੱਖ ਸਿੱਟ ਸਕਦੇ ਆ ਬਸ ਉਹ ਨਹੀਂ ਸਾਡੇ ਪੱਲੇ ਜਾਲੇ ਨਹੀਂ ਨਿਕਲ ਸਕਦੇ ਜੀ ਜਾਲੇ ਨਹੀਂ ਨਿਕਲਦੇ ਨਹੀਂ ਫਿਰ ਮਤਲਬ ਇਹ ਵੈਸੇ ਹੀ ਆਪਾਂ ਇਹ ਜੀ ਵੈਸੇ ਹੀ ਹਸਤੀ ਮਨ ਲੋਕੇ ਹੱਸਦੇ ਆ ਇਹ ਡਰਸਤੀ 10000 ਦੀ ਜੀ 30000 ਦੀ ਇਹ ਕਿਸੇ ਨੇ ਗਿ ਉਸ ਜਿਹਨੇ ਗਿਫਟ ਕੀਤੀ ਉਹ ਬੰਦਾ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦੀ ਆ। ਕੀ ਨਾਮ ਕੀ ਉਹਨਾਂ ਦਾ? ਦੇਖੋ ਜੀ ਉਹ ਲੁਧਿਆਣਾ ਸ਼ਹਿਰ ਦੇ ਵਿੱਚ ਰਹਿੰਦੇ ਨੇ ਤੇ ਸਾਡੇ ਮਾਮਾ ਜੀ ਆਟੋ ਵਾਲੇ ਨੇ ਤੇ ਪਾਰਸ ਡਿਜ਼ਾਈਨਰ ਨੇ ਤੇ ਸਾਡੇ ਪਾਵਾ ਸਾਹਿਬ ਨੇ ਤੇ ਸਾਡੇ ਹੋਰ ਹੀ ਬਹੁਤ ਕਲਾਕਾਰ ਜਿਹਦੇ ਜਿਹਨਾਂ ਨਾਮ ਆ ਪੁੱਲਦਾ ਪਿਆ ਹਾ ਗਿੱਲ ਦੇ ਮਾਣੂਆ ਜੀ ਪਾਜੀ ਤੇ ਸਾਡੇ ਇਹ ਹਰਮਨ ਜੀ ਹਰਮਨ ਚੀਮਾ ਵੀ ਆ ਭਾਜੀ ਕਈ ਸਾਡੇ ਬੰਦੇ ਬਹੁਤ ਅੱਛਾ ਜਿਵੇਂ ਹੁਣ ਤੁਹਾਡਾ ਮੁਕਾਬਲਾ ਹੋ ਗਿਆ ਮੁਕਾਬਲਾ ਚੱਲ ਰਿਹਾ ਕਹਿੰਦੇ ਫਸਮਾ ਮੁਕਾਬਲਤ ਕੀ ਤੇ ਮੁਕਾਬਲਾ ਹੈ ਕਹਿੰਦੇ ਨਾਲ ਤੁਹਾਡਾ ਮੇਰਾ ਦੇਖੋ ਬਾਕੀ ਸਾਰੀਆਂ ਪਾਰਟੀਆਂ ਹਾਰ ਗਈਆਂ ਹਾਂ ਸਿਰਫ ਮੇਰੀ ਤੇ ਝਾੜੂ ਵਾਲਿਆਂ ਨਾਲ ਟੱਕਰਾਂ ਰਿੰਕੂ ਦੀ ਹੂੰ ਬਾਕੀ ਸਭ ਹਾਰੇ ਪਿਆ ਪਰ ਮੈਂ ਉਹਨਾਂ ਕੋਈ ਮੈਂ ਜਿੱਤਿਆ ਪਿਆ ਮੈਂ ਤਾਂ ਪਹਿਲਾਂ ਹੀ ਐਲਾਨ ਕਰਤਾ ਜੇ ਉਹਨਾਂ ਨੇ 1000 ਵੋਟ ਪੈਂਦੀ ਆ ਮੈਨੂੰ 1001 ਵੋਟ ਪੈਗੀ ਜੇ ਉਹਨਾਂ ਨੇ 1 ਲੱਖ ਪੈਂਦੀ ਆ ਮੈਨੂੰ 1 ਲੱਖ 10000 ਵੋਟ ਪੈਗੀ ਤੇ ਮੈਂ ਜੇਤੂ ਕਰਾਣਾ ਮੇਰਾ ਮੁਕਾਬਲਾ ਨਹੀਂ ਜੇ ਜਿੱਤ ਗਏ ਤੁਸੀਂ ਤੁਸੀਂ ਲਾ ਲਓ ਤੁਸੀਂ ਜਿੱਤ ਗਏ ਤੇ ਫਿਰ ਆ ਜਿਹੜੀ ਆ ਜਿਹੜੀ ਪਾਵਰ ਆ ਜਾਊਗੀ ਤੁਹਾਡੇ ਚ ਮੇਰੇ ਚ ਇੰਨੀ ਪਾਵਰ ਆ ਜਾਏਗੀ ਕਿ ਮੈਂ ਲੋਕਾਂ ਦੇ ਕੰਮ ਕਰਾ ਸਕਾਂ ਲੋਕੀ ਦੁਖੀ ਨਹੀਂ ਹੋਵਗੇ ਔਰ ਜਿਹੜੀ ਦਰਖਾਸਤਾਂ ਤੁਹਾਡੀਆਂ ਥਾਣੇ ਵਿੱਚ ਨਹੀਂ ਸੁਣਵਾਈ ਹੁੰਦੀ ਤੁਹਾਡੀਆਂ ਦਰਖਾਸਤਾਂ ਰੁੱਲਦੀਆਂ ਫਿਰਦੀਆਂ ਤੁਹਾਡੇ ਚ ਕੋਈ ਮਤਲਬ ਕੋਈ ਸੁਣਵਾਈ ਨਹੀਂ ਕੋਈ ਹੈ ਉਹ ਸੁਣਵਾਈ ਮੈਂ ਕਰਕੇ ਦਿਖਾਵਾਂਗਾ ਅੱਛਾ ਚਲੋ ਐਦਾਂ ਕਰੋ ਤੁਸੀਂ ਹੁਣ ਗਾਣਾ ਗੁਣਾ ਸੁਣਾਓ ਕੋਈ ਗਾਣਾ ਜੀ ਨਵਾਂ ਗਾਣਾ ਆ ਰਿਹਾ ਮੇਰਾ ਮੇਰੀ ਫਫੜ ਦੀ ਫਿਲਮ ਵੀ ਆ ਰਹੀ ਹੈ ਤੇ ਫਿਲਮ ਜਿਹੜੀ ਮੇਰੀ ਬੜੀ ਘੈਂਟ ਹੈ ਤੇ ਉਸ ਤੋਂ ਬਾਅਦ ਗਾਣਾ ਆਏਗਾ ਨੀਟੂ ਨੀਟੂ ਸਾਡਾ ਯਾਰ ਦੇਖ ਸੁਪਰਸਟਾਰ ਹੈ ਵੋਟਾਂ ਵਿੱਚ ਖੜਾ ਅਜਿਬ ਜਿੱਤ ਗਿਆ ਬਾਰ-ਬਾਰ ਹੈ ਹਰਿਆਣ ਦਾ ਰੈਪਰ ਹੈ ਹਰਿਆਣ ਤੋਂ ਰੈਪ ਸਟਾਰ ਨੇ ਮੇਰੇ ਨਾਲ ਗਾਣਾ ਗਾਇਆ ਗਾਣਾ ਬਹੁਤ ਵਧੀਆ ਜੀ ਮੇਰਾ ਗਾਣਾ ਚੱਲੇਗਾ ਜੀ ਇੱਥੇ ਵੋਟਾਂ ਵਿੱਚ ਹਮਮ ਔਰ ਵੋਟਾਂ ਵਿੱਚ ਗਾਣੇ ਮੇਰੇ ਚੱਲਦੇ ਆ ਤੇ ਫਸਵੇਂ ਗਾਣੇ ਆ ਜੀ ਇਹਨਾਂ ਅਗੇ ਕੋਈ ਨਹੀਂ ਟਿਕ ਸਕਦਾ ਜੀ ਨਹੀਂ ਕਹਿੰਦੇ ਕੁੱਟਮਾਰ ਵੀ 2-3 ਵਾਰ ਹੋਈ ਉਹ ਕਾਰਨ ਕੀ ਸੀ ਜੀ ਕਾਹਨੇ ਤਾਂ ਲੋਕੀ ਸੜਦੇ ਆ ਜੀ ਸਾੜ ਤੋਂ ਸਾੜ ਤੋਂ ਸਾਰੇ ਸੜਦੇ ਆ ਜਿੰਨੇ ਵੀ ਲੀਡਰ ਪਰ ਸਹਿਬਾਨ ਆ ਜਾਂ ਕਲਾਕਾਰ ਆ ਬੰਬੇ ਵਾਲੇ ਉਹ ਨਹੀਂ ਚਾਹੁੰਦੇ ਕਿ ਨਹੀਂ ਦੂ ਸਲਮਾਨ ਖਾਨ ਨੂੰ ਫੇਲ ਕਰ ਸਕੇ ਤੇ ਮੈਂ ਸਲਮਾਨ ਖਾਨ ਤੋਂ ਤੇ ਸ਼ਾਹਰੁਖ ਖਾਨ ਤੋਂ ਤੇ ਅੰਤਪ ਬਚਨ ਤੋਂ ਤੇ ਕੁਝ ਨਹੀਂ ਸਾਡੇ ਸਾਹਮਣੇ ਸਾਡੇ ਜੀਰੋ ਆ ਹਮ ਆਪਾਂ ਵੱਖਰੀ ਸਾਡੀ ਗੱਲ ਬਾਤ ਨਹੀਂ ਫਿਰ ਤੁਸੀਂ ਆਪਣੇ ਨੂੰ ਰੱਬ ਮੰਨਦੇ ਨਹੀਂ ਨਹੀਂ ਰੱਬ ਹੀਰੋ ਆ ਜੀ ਮੈਂ ਹੀਰੋ ਆ ਹੂੰ ਹੀਰੋ ਦਾ ਮਤਲਬ ਹੁੰਦਾ ਹੈ ਕਿ ਕਦੀ ਹੀਰੋ ਤੇ ਕਦੀ ਜ਼ੀਰੋ ਹੂੰ ਇਹ ਜਨਤਾ ਹੀ ਮੈਨੂੰ ਹੀਰੋ ਬਣਾ ਰਹੀ ਹੈ ਜੀ ਹੂੰ ਅੱਜ ਮੈਂ ਜਿਹੜਾ ਮੈਂ 26 ਤਰੀਕ ਤੋਂ ਬਾਅਦ ਪ੍ਰਚਾਰ ਕਰਨਾ ਨਾ ਜੀ ਮੈਨੂੰ આજ ਤੱਕ ਵਾਲੇ ਕੀ ਵੱਡੇ ਵੱਡੇ ਬੰਦੇ આજ ਤੱਕ ਕੱਲ ਤੱਕ ਪਰਸੋਂ ਤੱਕ ਚੌਥ ਤੱਕ ਦੇਖੋ ਲੋਕ ਕਿ ਸਾਰੇ ਦੇਖ ਅਸਲ ਜਿਵੇਂ ਹੁਣ ਆ ਵਰਦੀ ਤੁਸੀਂ ਪਾਈ ਹੋਈ ਆ ਇਹਦੇ ਵਿੱਚ ਜੇ ਮੰਨਿਆ ਜਾਵੇ ਕੁਛ ਨਾ ਇਹ ਵੈਸੇ ਹੀ ਆ ਕਿ ਕੁਛ ਪਾਵਰ ਮਾੜੀ ਮੋਟੀ ਹੈਗੀ ਹੈ ਨਹੀਂ ਪਾਵਰ ਪੂਰ ਤੇ ਨਹੀਂ ਹੈਗੀ ਗਾਣੇ ਗੁਣੇ ਬਣਾਉਣ ਦੀ ਪਾਵਰ ਹੋਰ ਇਸ ਵਰਦੀ 'ਚ ਕੁਛ ਨਹੀਂ ਹੈਗਾ ਕੁਛ ਨਹੀਂ ਹੈਗਾ ਖਾਲੀ ਨਹੀਂ ਜੇ ਹੁਣ ਮੈਂ ਤੁਹਾਨੂੰ ਮੁੱਕਾ ਮਾਰਾਂ ਦਰਦ ਹੋਊਗੀ ਦਰਦ ਬਹੁਤ ਹੂੰ ਭਾਜੀ ਹੌਲੀ ਮਾਰੋ ਨੀ ਮੈਂ ਵੈਸੇ ਮਾਰ ਕੇ ਨਹੀਂ ਭਾਜੀ ਇੰਨੀ ਜੋਣਾ ਨਹੀਂ ਮਾਰਨਾ ਹੌਲੀ ਮਾਰੋ ਤੁਸੀਂ ਮੇਰੇ ਦਰਦ ਹੁੰਦੀ ਹੈ ਜੀ ਨਹੀਂ ਮੈਂ ਕਹਿੰਦਾ ਉਹ ਛੋਟੇ ਹੁੰਦੇ ਸ਼ਕਤੀਮਾਨ ਦੇਖਿਆ ਸੀਗਾ ਉੱਥੇ ਉਹ ਨਹੀਂ ਹੈਗਾ ਜੀ ਇਹ ਚੀਜ਼ ਹੋਆ ਇਹ ਖਾਲੀ ਵਰਦੀ ਹੈ ਜੀ ਹਾਂ ਜੇ ਵਰਦੀ ਖੋ ਜਦੋਂ ਪੁਲਿਸ ਵਾਲਾ ਜਦੋਂ ਵਰਦੀ ਪਾਉਂਦਾ ਜਦੋਂ ਲੋਕੀ ਕਹਿੰਦੇ ਪੁਲਿਸ ਵਾਲਾ ਜੋ ਸਿਵਲ ਵਰਦੀ ਹੁੰਦਾ ਉਹਨਾਂ ਨੂੰ ਕਹਿੰਦੇ ਸਿਵਲ ਡਰੈਸ ਇਹ ਸਿਵਲ ਡਰੈਸ ਹੈ ਜੀ ਨਾ ਇਹ ਉਹ ਸ਼ਕਤੀ ਹੈ ਜਿਹੜੀ ਤੁਸੀਂ ਸਮਝਦੇ ਪਏ ਹੋ ਇੱਥੇ ਦਰਦ ਹੁੰਦੀ ਹੈ ਜੀ ਬਹੁਤ ਜ਼ਿਆਦਾ ਦਰਦ ਹੁੰਦੀ ਹੈ ਜੀ ਅੱਛਾ ਸ਼ਕਤੀਮਾਨ ਦਾ ਗਾਣਾ ਬਣਾ ਦੋ हस्ती मान हस्ती मान हस्ती मान जो लोगों को हंसाता है जलवा वो अपना दिखाता है सभी तरीके बात हस्ती मान नहीं लगा बढ़िया नहीं बढ़िया नहीं लगा ए इन गंदे मुंह क्यों बनाओंदे ਤੁਸੀਂ बढ़िया लगा ना मैं रियाज ही नहीं ਕੀਤਾ 10 दिन हो गए अरे महीना नहीं है ਤੁਸੀਂ रियाज भी नहीं ਕੀਤਾ ਤੇ ਦੰਦ ਵੀ ਸਾਫ ਨਹੀਂ ਦੰਦ ਵੀ ਨਹੀਂ ਸਾਫ ਕੀ ਚੱਕਰ ਕੀ ਹੈ ਬਸ ਟਾਈਮ ਹੀ ਨਹੀਂ ਲੱਗਾ ਜੀ ਟਾਈਮ ਹੀ ਨਹੀਂ ਲੱਗਾ ਬਸ ਸਾਡਾ ਜਿਹਾ ਟਾਈਮ ਓਵਰ ਟਾਈਮ ਹੋ ਗਿਆ ਉਮਰ ਕਿੰਨੀ ਤੁਹਾਡੀ ਵੈਸੇ ਮੇਰੀ ਉਮਰ ਹੈਗੀ ਹੈ ਜੀ 35 ਸਾਲ ਤੋਂ ਉੱਤੇ ਜੀ 35 ਸਾਲ ਤੋਂ ਉੱਤੇ ਉਹਦਾ ਵੈਸੇ ਮੈਂ ਉਹਦਾ ਬੱਚਿਆਂ ਚ ਬੈਜਾ ਬੱਚਾ ਤੇ ਵੱਡਿਆਂ ਨਾਲ ਬੈਜਾ ਮੈਂ ਵੱਡਾ ਤੇ ਜੇ ਮੈਂ ਲੀਡਰਾਂ ਵਿੱਚ ਬੈਜਾ ਤੇ ਤਕੜਾ ਲੀਡਰ ਆ ਜੀ ਨਹੀਂ 35 ਸਾਲ ਤੋਂ ਉੱਤੇ ਤਾਂ ਮਤਲਬ ਕਹਿਣ ਦਾ ਬਾਵਾ ਤੁਹਾਡੀ ਕਹਿਣ ਦਾ ਬਾਵਾ ਆਪਾਂ ਕਹਿ ਸਕਦੇ ਹਾਂ ਤੁਹਾਡੀ 60 ਸਾਲ ਉਮਰ ਨਹੀਂ ਨਹੀਂ ਸਰ ਸਾਲ ਨਹੀਂ ਇੰਨੀ ਦਸਕੇ ਤੇ ਮੈਂ ਜਨਤਾ ਕੋ ਕੀ ਗਾਲਾਂ ਪਾਣੀ ਜੇ ਮੇਰੀ ਉਮਰ ਐਕਚੁਅਲੀ ਹੈਗੀ 28 38 ਸਾਲ ਦੇ ਲੱਗ 37 38 ਸਾਲ ਦੇ ਲੱਗ ਚੱਕ ਪਹੁੰਚ ਗਈ 37 38 ਦੇ ਲੱਗ ਸਾਰੇ ਹਾਂਜੀ ਹਾਂਜੀ ਅਸਾਂ ਜਿਵੇਂ ਆਪਾਂ ਥੋੜੇ ਗਾਣੇ ਦੇਖਦੇ ਹੁਣ ਅੱਜ ਕੱਲ ਕਾਫੀ ਗਾਣੇ ਚਾਰੇ ਗਾਣੇ ਦੇਖਦੇ ਹਾਂ ਮੈਂ ਦੇਖਦਾ ਥੋੜੇ ਠੀਕ ਹੈ ਜੀ ਹਾਂ ਥੱਲੇ ਕਮੈਂਟ ਵੀ ਪੜਨਾ ਅੱਛਾ ਜੀ ਉਹ ਥੱਲੇ ਕਮੈਂਟਾਂ ਦਾ ਪ੍ਰਸ਼ਾਦ ਉਹ ਕੀ ਹੈ ਦੇਖੋ ਉਹ ਜਿਹੜੇ ਲੋਕੀ ਜਦੋਂ ਨਾ ਕਹਿੰਦੇ ਕਿਸੇ ਬਰਾਬਰੀ ਨਾ ਹੋ ਜੇ ਉਹਦੀ ਬਦਨਾਮੀ ਕਰਨੀ ਸ਼ੁਰੂ ਕਰਦੇ ਇਹ ਲੋਕ ਬਦਨਾਮੀ ਵਾਲੇ ਆ ਇਹ ਆਪਣੀ ਮੰਜੀ ਥਲੇ ਸੋਟਾ ਨਹੀਂ ਮਾਰ ਜਿਵੇਂ ਤੁਸੀਂ ਕਹਿੰਦੇ ਕਿ ਆਪਣੀ ਮੰਜੀ ਥਲੇ ਸੋਟਾ ਮਾਰ ਕੇ ਦੇਖੋ ਹਾਂ ਕਿ ਤੁਸੀਂ ਪਹਿਲਾਂ ਤੁਸੀਂ ਆਪਣੇ ਵੀ ਮਾਰੋ ਨਾ ਮੈਂ ਤੇ ਰੋਜ਼ ਮਾਰਦਾ ਸਵੇਰੇ ਹਾਂ ਕਿਉਂ ਤੁਹਾਡੇ ਲਈ ਕੁੱਤਾ ਬੈਠਾ ਲੈ ਮੈਂ ਤੇ ਮੈਂ ਦੇਖੋ ਸਾਰੀ ਘਰ ਦੀ ਸਫਾਈ ਮੈਂ ਹੀ ਕਰਦਾ ਸਵੇਰੇ ਉੱਠ ਕੇ ਚਾਦਰ ਚੋਂ ਝਾੜਦਾ ਸਫਾਈ ਕਰਕੇ ਮੈਂ ਬੈਲ ਕੰਬਲ ਤੈ ਕਰਕੇ ਸਾਰਾ ਕੁਝ ਤੈ ਕਰਕੇ ਰੱਖਦਾ ਜੀ ਅੱਛਾ ਤੁਸੀਂ ਵੀ ਜੀ ਕਿਸੇ ਨੂੰ ਇਨਸਪਾਇਰ ਹੋ ਜਾਂ ਤੁਸੀਂ ਕਿਸੇ ਨੂੰ ਪਸੰਦ ਕਰਦੇ ਹੋ ਕਿ ਆ ਵਧੀਆ ਕਮੇਡੀਅਨ ਕਿਹੜਾ ਬੰਦਾ ਚੰਗਾ ਲੱਗਦਾ ਮੈਨੂੰ ਟੋਕਰਾ ਟੀਵੀ ਵਾਲੇ ਵਧੀਆ ਲੱਗਦੇ ਇਹ ਹੁਣ ਸਾਡੇ ਸਾਹਮਣੇ ਨਾ ਤੁਸੀਂ ਕਹੋ ਕਿ ਸਾਡੇ ਸਾਹਮਣੇ ਅੱਛਾ ਚਲੋ ਮੈਨੂੰ ਸਾਰੇ ਕਲਾਕਾਰ ਵਧੀਆ ਲੱਗਦੇ ਹੋ ਦੱਸੋ ਜੀ ਅੱਛਾ ਫਿਲਮ ਜਾ ਰਿਹਾ ਨੀ ਟੂ ਹਾਂਜੀ ਮੈਂ ਜੀ ਨੀਮਤ ਸਸ ਹਾਂ ਤੇ ਲੇਕਿਨ ਅਸਲੀ ਤੇ ਮੈਂ ਹਾਰਿਆ ਹੀ ਆ ਜੀ ਬਸ ਇਹ ਫਿਲਮ ਬਹੁਤ ਕੈਂਡ ਹੈ ਤੁਸੀਂ ਦੇਖਦੇ ਰਹੋਗੇ ਕਿਉਂਕਿ ਅਗਲੀ 22 ਫਿਲਮਾਂ ਮੈਨੂੰ ਫਿਰ ਸੈਨ ਹੋ ਗਈਆਂ ਨਹੀਂ ਹਰ ਵਾਰ ਜਮਾਨਤ ਜਬਤ ਕਰਾ ਲੈਂਦੇ ਤੁਸੀਂ ਵੋਟਾਂ ਤੁਹਾਨੂੰ ਕੋਈ ਪਾਉਂਦਾ ਨਹੀਂ ਤੁਹਾਡੇ ਘਰ ਦੀਆਂ 9 ਵੋਟਾਂ ਤੁਹਾਨੂੰ 4 ਪੈਂਦੀਆਂ ਨੇ ਹੈ ਫਿਰ ਹਰ ਵਾਰ ਤੁਸੀਂ ਮੌਕਾ ਲੈ ਲੈਂਦੇ ਹੋ ਸਾਰੀਆਂ ਵੋਟਾਂ ਸਾਡੀਆਂ ਹੀ ਜੀ ਹਾਂ ਸਾਰੀਆਂ ਪਾਰਟੀਆਂ ਜਿਹੜੀ ਵੋਟਾਂ ਪੈਂਦੀਆਂ ਸਾਡੀਆਂ ਹੀ ਆ ਇਹ ਪਤਾ ਨਹੀਂ ਕਿੱਦਾਂ ਪੈ ਜਾਂਦੀਆਂ ਨੇ ਮਤਲਬ ਤੁਹਾਨੂੰ ਲੱਗਦਾ ਕਪੜਾ ਹੁੰਦਾ ਬਹੁਤ ਤਗੜਾ ਕਪੜਾ ਹੋ ਰਿਹਾ ਮੇਰੇ ਨਾਲ ਹੀ ਕਪੜਾ ਹੁੰਦਾ ਹਰ ਵਾਰੀ ਇਹ ਸਾਰੀਆਂ ਵੋਟਾਂ ਤੇ ਮੈਨੂੰ ਪਰ ਉਧਰ ਕਿੱਦਾਂ ਪੈਂਦੀਆਂ ਆ ਬਾਕੀ ਮੈਂ ਮੈਂ ਕਹਿੰਦਾ ਜੀ ਉਹਨੇ ਕਿ ਕਮੈਂਟਾਂ ਥੱਲੇ ਜ਼ਰੂਰ ਦੱਸੋ ਕਿ ਭਾਜੀ ਨੂੰ ਵੋਟ ਪਾ ਰਹੇ ਆ ਤਕਿ ਮੈਂ ਕਹਿੰਦਾ ਸਾਰੀਆਂ ਵੋਟਾਂ ਪਾਉਂਗੇ ਮੈਨੂੰ ਮੈਂ ਤਾਂ ਜਿੱਤਿਆ ਪਿਆ ਵਾ ਤੇ ਲਾਸਟ ਵਿੱਚ ਜਦੋਂ ਡੱਬਾ ਖੋਲਦੇ ਆ ਉਦੋਂ ਪਤਾ ਨਹੀਂ ਕਿਉਂ ਹਾਰ ਹੋ ਜਾਂਦੀ ਐ ਮੈਂ ਇਸ ਗੱਲ ਤੋਂ ਬਹੁਤ ਦੁਖੀ ਐ ਮੈਂ ਇੱਕਦਮ ਵੋਟਾਂ ਦੇ ਵਿੱਚ ਕਿੰਨਾ ਕੀ ਵੋਟ ਕਿੱਦਾਂ ਪਾਣੀ ਐ ਇਮਨ ਲੋਕਾਂ ਨੂੰ ਦੱਸਾਂਗਾ ਜਿਹਨਾਂ ਲੋਕਾਂ ਦੇ ਕੰਨ 'ਚ ਜਾ ਕੇ ਦੱਸਾਂਗਾ ਕਿ ਵੋਟ ਤੁਸੀਂ ਕਿੱਦਾਂ ਪਾਣੀ ਹੈ ਨਹੀਂ ਜਿਵੇਂ ਦੂਜੇ ਲੀਡਰ ਨੇ ਦੂਈਆਂ ਸਬ ਪਾਰਟੀਆਂ ਨੇ ਜਿਵੇਂ ਕਹਨ ਦਾ ਪਬ ਉਹ ਲੋਕਾਂ ਨੂੰ ਕੋਈ ਚੀਜ਼ ਦਿੰਦੀਆਂ ਲਾਲਚ ਦਿੰਦੀਆਂ ਸ਼ਰਾਬ ਦਿੰਦੀਆਂ ਐ ਕਰਕੇ ਸਾਨੂੰ ਵੋਟ ਬਹੁਤ ਤੁਸੀਂ ਕੀ ਕਰਦੇ ਨਹੀਂ ਮੈਂ ਕੁਛ ਨਹੀਂ ਦਿੰਦਾ ਮੈਂ ਉਹਨਾਂ ਨੂੰ ਕਹਿੰਦਾ ਉਹਨਾਂ ਕੋਲ ਲੈ ਲੁਕੇ ਤੇ ਵੋਟਾਂ ਤੁਸੀਂ ਮੈਨੂੰ ਪਾ ਦਿੰਦੇ ਹੋ ਤੇ ਮੈਂ ਫੇਰ ਹਾਰ ਜਨਾ ਮੈਂ ਹਾਰ ਕਿੱਦਾਂ ਜਾਣਾ ਮੇਰੀ ਹਾਰ ਦੇ ਵਿੱਚ ਕਿਹੜਾ ਬੰਦਾ ਲੁਕਿਆ ਪਿਆ ਨਹੀਂ ਜਿਵੇਂ ਹੁਣ ਕਹਨ ਦਾ ਪਬ ਜਿਵੇਂ ਸ਼ਰਾਬ ਵੰਡਦੇ ਆਂ ਜਾਂ ਦੂਈਆਂ ਪਾਰਟੀਆਂ ਵੰਡਦੀਆਂ ਨੇ ਜਾਂ ਕੁਛ ਚੀਜ਼ ਦਿੰਦੇ ਨੇ ਲਾਲਚ ਫੇਰ ਵੀ ਤੂੰ ਸ਼ਰਾਬ ਦੀ ਬੋਤਲ ਲੈ ਲੈਂਦੇ ਹੋ ਕਿ ਕੋਈ ਨਹੀਂ ਫ੍ਰੀਜ ਚੋਂ ਆਂਦਾ ਨਹੀਂ ਤੂੰ ਫੇਰ ਲੈਣਾ ਪੈਂਦਾ ਸਾਡੀ ਕੀ ਕਰੀ ਜੋ ਮਿਲਦਾ ਫਿਰ ਉਹ ਦੇਖੋ ਜੋ ਮਿਲਦਾ ਕਹਿੰਦੇ ਚੋਰ ਨਾਲ ਪੰਡ ਕਾਲੀ ਤੇ ਜੋ ਮਿਲਦਾ ਸੋ ਲੈ ਲਈਏ ਬਾਅਦ ਚ ਉਹ ਤੇ ਪਤਾ ਨਹੀਂ ਕੀ ਹੋ ਜਾਣਾ ਤੇ ਉਹ ਦੇਖੋ ਜਿਹੜੀਆਂ ਵੋਟਾਂ ਪੈ ਰਹੀਆਂ ਜਿਹੜੀਆਂ ਜਾ ਰਹੀਆਂ ਇਹ ਤੇ ਮੈਂ ਸਾਫਤਾ ਹੁ ਲਾਉਂਦਾ ਰਹੇ ਨਾ ਵੀ ਮੈਨੂੰ ਇੰਨੀਆਂ ਕਿ ਵੋਟਾਂ ਪੈ ਗਈਆਂ ਬਾਕੀ ਕਿੱਥੇ ਗਈਆਂ अच्छा जमे बाहर कनाडा अमेरिका ऑस्ट्रेलिया वट्टी वट्टी कंट्रीज ਆਪਣੇ ਪੰਜਾਬੀ ਲੋਕ ਨੇ ਉਹਨਾਂ ਨੂੰ ਇੱਕ ਸੰਦੇਸ਼ ਦਿਓ ਕੋਈ ਗੱਲ ਬਾਤ ਸੁਣਾਓ ਮੈਂ ਉਹਨਾਂ ਦੇ ਹੱਥ ਜੋੜ ਕੇ ਅਪੀਲ ਕਰਨਾ ਚਾਹੁੰਦਾ ਕਿ ਵੋਟਾਂ ਸਾਰੀਆਂ ਮੈਨੂੰ ਪਾਈ ਜਾਣ ਕਿਉਂਕਿ ਅੱਜ ਦੀ 24 ਜਾਂ 26 ਤਰੀਕ ਤੋਂ ਬਾਅਦ ਜਿਹੜਾ ਤੁਹਾਨੂੰ ਗਦਰ ਪੈਂਦਾ ਨਜ਼ਰ ਆਏਗਾ ਸ਼ਾਇਦ ਸਲਮਾਨ ਖਾਨ ਸਨੀ ਦੇਵਲ ਵੀ ਇਸ ਫਿਲਮ ਨੂੰ ਮੇਰੇ ਬਲੇ ਉਸ ਵੋਟਾਂ ਨੂੰ ਮੰਗਣ ਨੂੰ ਸਰਸੇ ਕਾ ਕਿ ਆਪਾਂ ਵਿਕਾਸ ਕਿਤੇ ਐਡਾ ਵੋਟਾਂ ਮੰਗਦੇ ਨੇ ਅੱਜ ਸਾਡੀ ਜਿੱਤ ਪੱਕੀ ਹੁੰਦੀ ਨਹੀਂ ਉਹ ਮੈਂ ਉਹੀ ਗੱਲ ਕਰਦਾ ਕਿ ਜਿਵੇਂ ਬਾਹਰ ਕੈਨੇਡਾ ਅਮਰੀਕਾ ਉਸ ਉਹਨਾਂ ਨੂੰ ਤੁਸੀਂ ਸਨੇਹਾ ਕੋਈ ਦੋ ਆ ਤਾਂ ਤੁਸੀਂ ਵੋਟਾਂ ਬਣ ਦੇਖੋ ਬੰਦੀ ਬਾਤਵਾ ਤੁਸੀਂ ਸਪੋਰਟ ਕਰੋ ਵੀ ਪੈਸੇ ਪੁਖੋਂ ਵੀ ਤੇ ਉਦਾਂ ਵੀ ਤੇ ਐਦਾਂ ਵੀ ਤੇ ਵੋਟਾਂ ਵੀ ਪਾਓ ਤੇ ਮੈਂ ਜਿੱਤਾਂ ਤੁਹਾਡਾ ਐਮਪੀ ਬਣ ਕੇ ਤੁਹਾਡੇ ਜਿਹੜੇ ਕੰਮ ਲੈਂਦੇ ਆ ਮੈਂ ਉਹ ਸਾਰੇ ਕੰਮ ਕਰਾਵਾਂਗਾ ਜੇ ਤਾੜਾ ਫਾਇਦਾ ਨਹੀਂ ਕਰੂੰਗਾ ਤਾਂ ਨੁਕਸਾਨ ਵੀ ਨਹੀਂ ਕਰੂੰਗਾ ਮੈਂ ਤੁਹਾਡੇ ਹੱਕ ਦੀ ਗੱਲ ਕਰੂੰਗਾ ਨਹੀਂ ਹਰ ਕ ਜਿਹੜਾ ਲੀਡਰ ਆਂਦਾ ਉਹ ਪੈਸੇ ਦੀ ਗੱਲ ਕਰਦਾ ਤੁਸੀਂ ਕਿ ਮੇਰੀ ਪੈਸੇ ਨਾਲ ਸਪੋਰਟ ਕਰੋ ਤੁਹਾਡੀ ਪੈਸੇ ਨਾਲ ਬਾਹਰੋਂ ਕਿਉਂ ਸਪੋਰਟ ਕਰਨੇ ਯਾਰ ਐਦਾਂ ਤੋਂ ਗਲਤ ਗੱਲ ਐ ਤਾਂ ਨਹੀਂ ਨਹੀਂ ਮੈਂ ਮੇਰੇ ਕੋਲ ਹੈ ਨਹੀਂ ਨਾ ਇਹ ਕੁਛ ਮੈਂ ਜਦੋਂ ਬਣੂੰਗਾ ਉਦੋਂ ਹੀ ਹੈ ਨਾ ਫਿਲਹਾਲ ਮੇਰੇ ਕੋਲ ਨਹੀਂ ਕੁਛ ਹੈ ਕਿ ਮੈਂ ਫੰਡ ਇਕੱਠਾ ਕਰ ਰਿਹਾ ਮਤਲਬ ਤੁਸੀਂ ਤੁਹਾਡਾ ਵੀ ਇੱਕੋ ਇੱਕ ਮੋਟਿਵ ਹੈ ਕਿ ਤੁਸੀਂ ਐਮਪੀ ਬਣੋ ਤੇ ਪੈਸੇ ਇਕੱਠੇ ਕਰੋ ਨਹੀਂ ਨਹੀਂ ਪੈਸੇ ਤਾਂ ਮੈਂ ਤਾਂ ਉਦੋਂ ਇਕੱਠੇ ਕਰ ਲੈਣਾ ਗਾਣੇ ਸੁਣਾ-ਸੁਣਾ ਕੇ ਮੇਰੇ ਲੋਕੀ ਗਾਣੇ ਦੇ ਫੈਨ ਐਨੇ ਕ ਗਾਣਿਆਂ ਵਿੱਚੋਂ ਹੀ ਪੈਸੇ ਬਹੁਤ ਦੇ ਦਿੰਦੇ ਨੇ ਲੋਕੀ ਜੇ ਮੈਂ ਇੱਕ ਵਿਆਹ ਤੇ ਕਦੇ ਇੱਕ ਡੀਜੀਪੀ ਪੰਜਾਬ ਦਾ ਗਾਣਾ ਗਾ ਦਵਾਂ ਨਾ ਤੇ ਰੁਪਈਆ 10000 ਮੈਨੂੰ ਲੋਕੀ ਉੱਧੇ ਦੇ ਦਿੰਦੇ ਆ ਦੇ ਦਿੰਦੇ ਆ ਫਿਰ ਤਾਂ ਤੁਸੀਂ ਅਮੀਰ ਹੋ ਨਹੀਂ ਉਦਾਂ ਵੈਸੇ ਅਸੀਂ ਗਰੀਬ ਆ ਜਦੋਂ ਵੋਟਾਂ ਆਂਦੀਆਂ ਉਸ ਤੋਂ ਬਾਅਦ ਅਸੀਂ ਬਹੁਤ ਗਰੀਬ ਹੋ ਜਿੰਨੇ 5 ਸਾਲਾਂ ਵਾਸਤੇ ਕਿਉਂਕਿ ਅਸੀਂ ਜਿੰਨੇ ਪੈਸੇ ਜੋੜੇ ਹੁੰਦੇ ਆ ਸਾਰੇ ਵੋਟਾਂ ਚ ਲਾ ਦਿੰਨੇ ਆ ਬਾਅਦ ਚ ਫਿਰ ਉਹੀ ਠੂਠਾ ਉਹੀ ਕਨਾਲੀ ਵੱਜਦੀ ਹੈ ਜੀ ਕਿੰਨੇ ਕ ਮਤਲਬ ਤੁਸੀਂ ਇੱਕ ਵੋਟ ਤੇ ਜਦੋਂ ਇੱਕ ਇਲੈਕਸ਼ਨਾਂ ਦੇ ਕਿੰਨੇ ਪੈਸੇ ਖਰਚ ਦਿੰਦੇ ਆ ਆਪਾਂ ਦੇਖੋ ਜੀ ਤੁਹਾਡਾ ਰੱਪਾ ਲ 50000 ਰੁਪਏ ਲੱਗ ਜਾਂਦਾ ਨਹੀਂ ਫਿਰ ਉਹ ਪੈਸੇ ਆਉਂਦੇ ਕਿੱਥੋਂ ਲੋਕੀ ਫੰਡ ਫੋਣ ਦਿੰਦੇ ਆ ਜੀ ਆਣ ਦਿੰਦੇ ਤੇ ਦਿਨ ਦੇ ਸਾਨੂੰ ਕਿ ਤੂੰ ਖੜਾ ਹੋ ਜਾ ਰਤੀ 20000 ਦੀ ਕਮੇਟੀ ਪਾਲਦੀ ਆ ਇਹ 8 ਕੁ ਮਹੀਨੇ ਦੀ ਉਹ ਜਦ ਤੱਕ ਵੋਟਾਂ ਦੇ ਤਦ ਤੱਕ ਚੱਕ ਲਈ ਦੀ ਜੀ ਚੱਕਨ ਤੋਂ ਬਾਅਦ ਅਸੀਂ ਵੋਟਾਂ ਤੇ ਲਾ ਦਿੱਤੀ। ਨਹੀਂ ਫਿਰ ਜੇ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਤੁਸੀਂ ਫਿਰ ਪੰਗਾ ਕਿਉਂ ਲੈਂਦੇ ਹੋ? ਨਹੀਂ ਨਹੀਂ ਪੰਗਾ ਦੇਖੋ ਜੀ ਮੈਂ ਤੇ ਐਮਪੀ ਬਣਿਆ ਪਿਆ ਮੈਂ ਜਿੱਤਿਆ ਪਿਆ ਮੈਂ ਤੇ ਲੋਕਾਂ ਨੂੰ ਪਹਿਲਾਂ ਕਹਤਾ ਮੈਨੂੰ ਵੋਟਾਂ ਪੈ ਗਈਆਂ ਮੈਂ ਜਿੱਤਿਆ ਪਿਆ ਮੇਰੀਆਂ ਵੋਟਾਂ ਉਧਰ ਪਤਾ ਨਹੀਂ ਕਿੱਦਾਂ ਚਲ ਜਾਂਦੀਆਂ ਮੈਨੂੰ ਤੇ ਇਸ ਗੱਲ ਦੀ ਸਮਝ ਨਹੀਂ ਆਉਂਦੀ। ਐਤਕੀ ਫਿਰ ਮੁਕਾਬਲਾ ਤੁਹਾਡਾ ਝਾੜੂ ਦੇ ਨਾਲ ਆ। ਐਤਕੀ ਮੈਂ ਕਹਿੰਦਾ ਮੇਰਾ ਮੁਕਾਬਲਾ ਸਿਰਫ ਝਾੜੂ ਦੇ ਨਾਲ ਆ ਜਰੰਦਰ ਦੇ ਵਿੱਚ। ਹੂੰ ਬਾਕੀ ਸਾਰੇ ਹਰੇ ਪਏ। ਬਾਕੀ ਨਹੀਂ ਪੇਪਰ ਭਰ ਦਿੱਤੇ ਮੈਨੂੰ ਸਮਝ ਨਹੀਂ ਆਇਆ। ਮੁਕਾਬਲਾ ਤੇ ਮਰੀਂਕੂ ਪ ਮੈਂ ਮੈਂ ਤਾਂ ਬਗਲ ਕੋ ਜਿੱਤ ਨਹੀਂ ਸਕਦਾ ਉੱਥੇ ਜੀ ਕੋਈ ਨਹੀਂ ਜਿੱਤ ਸਕਦਾ ਨਾ ਜਿੱਤਣਾ ਹੀ ਹੈ ਕਿਸੇ ਨੇ ਜੀ ਇਦਾਂ ਹੀ ਵਰਦੀ ਪਾ ਕੇ ਜਾਓਗੇ ਇਹ ਵਰਦੀ ਇਦਾਂ ਹੀ ਪਾਵਾਂਗੇ ਤੇ ਨਾਲੇ ਸਾਡੇ ਕੋਲਗਾ ਮੋਟਰਸਾਈਕਲ ਦੁਨੀਆ ਸਾਡੀ ਵੀਡੀਓ ਤੁਸੀਂ ਜ਼ਰੂਰ ਦੇਖਿਓ ਕਿਉਂਕਿ ਹਿੰਦੁਸਤਾਨ ਦੇ ਵਿੱਚ ਜਿਹੜਾ ਕੋਈ ਪੱਤਰਕਾਰ ਆ ਜਿਹੜਾ ਕੋਈ ਮੇਰਾ ਭਰਾ ਵਾ ਉਹ ਮੇਰੀ ਇੰਟਰਵਿਊ ਜ਼ਰੂਰ ਲੈ ਕੇ ਜਾਵੇ ਕਿਉਂਕਿ ਇਸ ਤੋਂ ਬਾਅਦ ਕਿਸੇ ਨੇ ਤੁਹਾਨੂੰ ਇਦਾਂ ਦੀ ਇੰਟਰਵਿਊ ਨਹੀਂ ਦੇਣੀ ਕਿਉਂਕਿ ਜੋ ਮੈਂ ਇੰਟਰਵਿਊ ਦੇ ਰਿਹਾ ਬਿਲਕੁਲ ਸੱਚਾਈ ਤੇ 14 ਅਪ੍ਰੈਲ ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਸੀਗਾ 14 ਅਪ੍ਰੈਲ ਸਾਨੂੰ ਇਨਸਾਨੀਅਤ ਨੂੰ ਔਰ ਸਾਡੇ ਲੋਕ ਸਭਾ ਨੂੰ ਕਿ ਇੱਕ ਵੋਟ ਦਾ ਅਧਿਕਾਰ ਦਿੱਤਾ ਗਿਆ ਸੀ ਇੱਕ ਵੋਟ ਤੁਹਾਡੀ ਇੱਕ ਮਜ਼ਦੂਰ ਤਬਕੇ ਦੀ ਇੱਕ ਨਰਿੰਦਰ ਮੋਦੀ ਭਾਈ ਦੀ ਜੇ ਇੱਕ ਗੱਲ ਕਰੀਏ ਮੁੱਖ ਮੰਤਰੀ ਰਾਸ਼ਟਰਪਤੀ ਦੀ ਇੱਕੋ ਹੀ ਵੋਟ ਇੱਕੋ ਹੀ ਕੀਮਤ ਹੈ ਉਸ ਵੋਟ ਦੀ ਕੀਮਤ ਉਹ ਵੋਟ ਤੁਸੀਂ ਸਹੀ ਬੰਦੇ ਨੂੰ ਪਾਓ ਉਹਦਾ ਨਾਮ ਹੈ ਨੀਟੂ ਸ਼ਟਰਾਂ ਵਾਲਾ ਦੂਜਾ ਬੰਦਾ ਤੁਹਾਨੂੰ ਨਜ਼ਰ ਨਹੀਂ ਆਣਾ ਚਾਹੀਦਾ ਇਮਾਨਦਾਰਾ ਇਮਾਨਦਾਰ ਬੰਦਾ شریف ਬੰਦਾ ਤੁਹਾਡਾ ਭਰਾ ਛੋਟਾ ਵੀਰ ਤੁਹਾਡਾ ਸੇਵਾਦਾਰ ਤੁਹਾਡਾ ਨੀਟੂ ਸ਼ਟਰਾਂ ਵਾਲਾ ਅੱਛਾ ਰਾਜਨੀਤੀ ਸਮਝ ਰੱਖਦੇ ਤੁਸੀਂ ਰਾਜਨੀਤੀ ਸਾਨੂੰ ਕੋਈ ਸਮਝ ਨਹੀਂ ਫਿਰ ਵੀ ਅਸੀਂ ਲੜਦੇ ਆ اچھا ਪ੍ਰਧਾਨ ਮੰਤਰੀ ਦਾ ਨਾਮ ਕੀ ਹੈ ਉਹਨਾਂ ਦਾ ਨਾਮ ਨਰਿੰਦਰ ਮੋਦੀ ਜੀ ਪਹਿਲੇ ਪ੍ਰਧਾਨ ਮੰਤਰੀ ਦਾ ਨਾਮ ਕੀ ਹੈ ਉਹਦਾ ਨਹੀਂ ਪਤਾ ਜੀ ਦੂਜੇ ਪ੍ਰਧਾਨ ਮੰਤਰੀ ਦਾ ਨਾਮ ਉਹਨਾਂ ਤੋਂ ਅਸੀਂ ਕੀ ਲੈਣਾ ਫਿਰ ਰਾਜਨੀਤੀ ਦੀ ਸਮਝ ਤਾਂ ਹੋਣੀ ਚਾਹੀਦੀ ਹੈ ਸਾਨੂੰ ਇੰਨਾ ਪਤਾ ਹੀ ਆ ਸੀਟ ਜਿੱਤਣੀ ਆ اچھا ਪੰਜਾਬ ਨੂੰ ਪਹਿਲਾ ਨਾਮ ਕੀ ਪੰਜਾਬ ਦਾ ਪਹਿਲਾ ਨਾਮ ਕੀ ਹੈ ਪੰਜਾਬ ਪੰਜਾਬ ਨੂੰ ਪੰਜਾਬ ਕਿਉਂ ਕਹੇ ਜਾਂਦਾ ਇਹ ਚ ਪੰਜ ਦਰਿਆ ਦੀ ਧਰਤੀ ਜਾਂਦੀ ਹੈ ਜੀ ਪੰਜ ਦਰਿਆ ਦਾ ਦਰਿਆ ਜਾਂਦੇ ਹੈ ਜੀ ਤੇ ਇਹਨੂੰ ਤਾਂ ਪੰਜਾਬ ਕਹੇ ਛੇਵਾਂ ਦਰਿਆ ਨਸ਼ੇ ਦਾ ਜੀ ਜਿਹੜਾ ਅੱਜ ਤੱਕ ਖਤਮ ਨਹੀਂ ਹੋਇਆ ਕਈ ਸਤਮਾ ਰਿਸ਼ਵਤ ਖੋਰੀ ਦਾ ਸਤਮਾ ਰਿਸ਼ਵਤ ਖੋਰੀ ਦਾ ਜਿਹੜਾ ਕਦੀ ਖਤਮ ਨਹੀਂ ਹੋ ਸਕਦਾ ਕਿਉਂਕਿ ਸਾਨੂੰ ਵੀ ਇਹਨਾਂ ਨੇ ਇਦਾਂ ਹੀ ਕਹਣਾ ਵਾਜ ਤੂੰ ਵੀ ਲਾਲਾ ਯਾਰ ਮੜੀ ਜੀ ਫਿਰ ਸਾਨੂੰ ਵੀ ਰਿਸ਼ਵਤ ਮੜੀ ਮੋਟੀ ਕਦੀ ਕਿਤੇ ਨਹੀਂ ਲੈਵਾਂਗੇ ਆਪਾਂ ਵੈਸੇ ਇਦਾਂ ਦੇ ਬੰਦੇ ਨਹੀਂ ਸੀ ਇਮਾਨਦਾਰ ਬੰਦੇ ਆ ਸ਼ਰੀਫ ਬੰਦੇ ਆ ਲੋਕਾਂ ਨੂੰ ਪਤਾ ਕਿ ਇਹਦੇ ਬੰਦਾ ਸਿੱਧਾ ਸਾਦਾ ਬੰਦਾ ਇਹਨੂੰ ਵੋਟ ਪਾ ਕੇ ਜਿਤਾਉਣਾ ਵਾ ਇਹਨੇ ਲੈਣੀ ਨਹੀਂ ਪਹਿਲੀ ਗੱਲ ਤੇ ਲੈਈ ਤੇ ਬਹੁਤ ਜ਼ਿਆਦਾ ਲੋਗਾ ਮਤਲਬ ਨਹੀਂ ਲਊਗਾ ਹਮ ਨਹੀਂ ਲਊਗਾ ਰਿਸ਼ਤੇ ਲਊਗਾ ਨਹੀਂ ਪਹਿਲੀ ਗੱਲ ਲੈਣੀ ਨਹੀਂ ਲੈਣੀ ਨਹੀਂ ਖਤਮ ਲੋਕਾਂ ਦਾ ਭਲਾ ਕਰਨਾ ਲੋਕਾਂ ਦਾ ਜੇ ਰਿਸ਼ਤੇ ਲਊਗਾ ਲੋਕਾਂ ਨੂੰ ਦਊਗਾ ਪਹਿਲਾਂ ਆਪਣਾ ਕਰੋਗੇ ਫਿਰ ਲੋਕਾਂ ਦਾ ਨਹੀਂ ਲੋਕਾਂ ਦੇ ਪਹਿਲਾਂ ਕਰਾਂਗੇ ਜੀ ਪਹਿਲਾਂ ਸ਼ੁਰੂਆਤ ਤੇ ਲੋਕਾਂ ਨੇ ਕੀਤੀ ਛੜ ਤੋਂ ਅਸੀਂ ਲੋਕਾਂ ਦਾ ਕਰਾਂਗੇ ਨਾ ਪਹਿਲਾਂ ਭਲਾ